ਅਸਲਾਮ ਵਾਲੇਕੁਮ ਮੈਂ ਤੁਹਾਡਾ ਮੇਜ਼ਬਾਨ ਤਫੈਲਾ ਮੱਜੂਯਾ ਤੁਸੀਂ ਵੇਖਦੇ ਪਿਆ ਜੋ ਲੈਂਡ ਫਾਰ ਸੇਲ ਟੀਵੀ ਤੇ ਮੇਰਾ ਭਾਈ ਅੱਜ ਤੁਹਾਨੂੰ ਦਿਖਾਵਾਂਗਾ ਜੀ 25 ਏਕੜ ਦਾ ਪਲਾਟ ਯਾਨੀ ਕਿ 25 ਏਕੜ ਜ਼ਰਾਈ ਜ਼ਮੀਨ ਬੜਾਈ ਫਰੋਖ ਤੇ ਜੀ ਇਹ ਮੇਰਾ ਭਾਈ ਟਰਬਾਈਨ ਲੱਗੀ ਖੜੀ ਹੈ ਨਾਲ ਇਹਦਾ ਇੱਕ ਛੋਟਾ ਜਿਹਾ ਡੇਰਾ ਹੈ ਠੀਕ ਹੋ ਗਿਆ ਬਿਲਕੁਲ ਪੰਜ ਪੰਜ ਕਿਲੇ ਦੀ ਲਾਈਨਾਂ ਸਾਹਮਣੇ ਤੋਂ ਨਜ਼ਰ ਆ ਰਹੀਆਂ ਨੇ ਐਸ ਐਸ ਰੋਡ ਹੱਦ ਦੇ ਸੜਕ ਰੋਡ ਤੇ ਚੱਲੇਗੀ ਸਾਹਮਣੇ यानी कि रोड बिलकुल नाल अद्धे किलोमीटर से बाकी ए रकबा है डेरे दौरी पलिया चार चफेरे रख है तो पच्ची कि प्लाट है जी सताई लख रुपया मालिक की डिमांड है फसल तेरे सामने खड़ी है जी लख रुपए, एक लख दस हज़ार रुपये तुद तो ठेका लारेवाल जिला पागपतन नहरी पानी का छे महीने जी ਇਕ ਹੋ ਗਿਆ ਠੇਕਾ 110000 ਰੁਪਏ ਡਿਮਾਂਡ ਇਹਨਾਂ ਦੀ 30 ਲੱਖ ਲੇਕਿਨ 27 ਲੱਖ ਤੋਂ ਘਟ ਨਹੀਂ ਦੇ ਰਹਾ 26 27 ਲੱਖ ਇਹਨਾਂ ਦਾ ਫਾਈਨਲ ਰੇਟ ਹੈ ਬਾਕੀ ਮੇਰਾ ਭਾਈ ਤੁਹਾਨੂੰ ਪਾਕਪਤਨ ਦੇ ਲੱਕ ਜਿੱਥੇ ਵੀ ਬਹਾਵਨ ਨਗਰ ਸਾਈਵਾਲ ਦਿਪਾਲਪੁਰ ਕਾੜਾ ਇਹਨਾਂ ਲੱਕ ਜਿੱਥੇ ਵੀ ਤੁਹਾਨੂੰ ਜ਼ਰਾ ਜ਼ਮੀਨ ਅੱਛੀ ਜ਼ਮੀਨ ਚਾਹੀਦੀ ਹੋਵੇ ਤਾਂ ਬਿਲਕੁਲ ਮੋਸਟ ਵੈਲਕਮ ਤੁਸੀਂ ਰਾਬਤਾ ਕਰ ਸਕਦੇ ਹੋ ਤਾਂ ਬਾਕੀ ਸਾਡਾ ਮੋਬਾਈਲ ਨੰਬਰ WhatsApp ਨੰਬਰ ਤੁਹਾਨੂੰ ਉੱਪਰ ਨਜ਼ਰ ਆ ਰਿਹਾ ਤੁਸੀਂ ਜੀ ਰਾਤਾ ਕਰ ਸਕਦੇ ਜੋ ਇਹ ਦਾ ਡੇਰਾ ਛੋਟਾ ਜਿਹਾ ਬਣਿਆ ਟਰਬਾਈਨ ਦੀ ਸਹੂਲਤ ਬਿਜਲੀ ਲੱਗੀ ਹੋਈ ਹੈ ਪਿੰਡ ਬਿਲਕੁਲ ਨਾਲ ਹੈ ਜਿੱਥੇ ਤੇ ਹਰਿਆਲੀ ਨਜ਼ਰ ਆ ਰਹੀ ਹੈ ਇਹੀ ਸਾਰੀ ਜ਼ਮੀਨ ਯਾਨੀ ਕਿ ਉਹ ਐਂਡ ਦੇ ਦਰਖਤਾਂ ਤੱਕ 25 ਕਿਲਿਆਂ ਦਾ ਪੂਰਾ ਮਰਬੇ ਦਾ ਪਲਾਟ ਹੈ ਜੀ ਠੀਕ ਹੈ 1 ਲੱਖ 10 ਹਜ਼ਾਰ ਰੁਪਏ ਫਸਲ ਤੁਹਾਡੇ ਸਾਹਮਣੇ ਖੜੀ ਗੰਦਮ ਬਾਕੀ ਗੱਲਾਂ ਹੋਣ ਜਾਂ ਫੋਨ ਤੇ ਜਾਂ ਤੁਸੀਂ ਮੌਕੇ ਤੇ ਵਿਜ਼ਿਟ ਕਰੋਗੇ ਇਨਸ਼ਾਅੱਲਾ ਤੇ ਮੇਰਾ ਭਾਈ ਇਸ ਤੋਂ ਇਲਾਵਾ ਮੈਂ ਤੁਹਾਨੂੰ ਫਿਰ ਵੀ ਕਹਿਣਾ ਕਿ ਕਿਤੇ ਵੀ ਰਕਬਾ ਚਾਹੀਦਾ ਹੋਵੇ ਤੁਸੀਂ ਜਿਹੜਾ ਨਾ ਰابطਾ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ ਤਾਂ ਕਿ ਜਿਹੜਾ ਨਾ ਆਉਣ ਵਾਲੀ ਜਿਹੜੀ ਨਵੀਂ ਵੀਡੀਓ ਹੈ ਨਾ ਜ਼ਰਾ ਹੀ ਰਕ ਪੈਂਦੀ ਉਹ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚੇ ਤਾਂ ਤੁਸੀਂ ਉਹਦਾ ਸਭ ਤੋਂ ਪਹਿਲੇ ਵਿਜ਼ਿਟ ਕਰ ਸਕੋ ਰابطਾ ਕਰ ਸਕੋ ਬਾਕੀ ਸਾਰਾ ਚਾਰਜ ਫਿਰ ਇਹ ਕੈਮਰਾ ਘੁਮਾ ਦਿੱਤਾ ਹੈ ਕਿ ਫਸਲ ਤੁਹਾਡੇ ਸਾਹਮਣੇ ਖੜੀ ਪੰਜ-ਪੰਜ ਕਿੱਲਾਂ ਦੀਆਂ ਲੰਬੀਆਂ ਲਾਈਨਾਂ ਨੇ ਪੰਜ ਲਾਈਨਾਂ ਨੇ ਐਕਟਰਬਾਈਨ ਖੜੀ ਕਨੈਕਸ਼ਨ ਵਾਲੀ ਨਾਲ ਛੋਟਾ ਜਿਹਾ ਡੇਰਾ ਇਹਦੇ ਬਣਿਆ ਤੇ ਮੇਰਾ ਭਾਈ ਚੈਨਲ ਨੂੰ ਮੈਂ ਫਿਰ ਜੇ ਕਹਿੰਦਾ ਪੈ ਸਬਸਕ੍ਰਾਈਬ ਕਰਿਓ ਤੁਹਾਡੀ ਬੜੀ ਬੜੀ ਮਿਹਰਬਾਨੀ ਮੇਰੇ ਭਾਈਆਂ ਦੀ ਤੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਅੱਲਾਹ ਹਾਫਿਜ਼